ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸੀ ਪੀ ਸੀਡ ਤੋਂ ਗੁਰਵਿੰਦਰ ਸਿੰਘ। ਅੱਜ ਅਸੀਂ ਇੱਥੇ ਕਰਤਾਰਪੁਰ ਆਏ ਸੀਗੇ ਮੱਕੀ ਦੇਖਣ, ਅਤੇ ਇੱਥੇ ਆਪਾਂ ਸੀ ਪੀ 666 ਨਾਂ ਦਾ ਬੀਜ ਲਗਵਾਇਆ ਸੀਗਾ। ਅੱਜ ਮੇਰੇ ਨਾਲ ਇੱਥੋਂ ਦੇ ਕਿਸਾਨ ਨੇ ਸੁਮੀਤ ਸਿੰਘ, ਅਤੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਬੀ ਆਰ ਏ ਕੀ ਚੰਗਾ ਲੱਗਿਆ ਕੀ ਨਹੀਂ ਚੰਗਾ ਲੱਗਿਆ। ਸਭ ਤੋਂ ਪਹਿਲਾਂ ਆਪਾਂ ਇੰਟਰੋਡਕਸ਼ਨ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਮੀਤ ਸਿੰਘ ਆ ਜੀ, ਅਤੇ ਮੇਰਾ ਜ਼ਿਲ੍ਹਾ ਕਿਹੜਾ ਆਪਣਾ? ਜ਼ਿਲ੍ਹਾ ਡਿਸਟ੍ਰਿਕਟ ਜਲੰਧਰ ਆ ਜੀ, ਕਰਤਾਰਪੁਰ ਦੇ ਵਿੱਚ ਪਿੰਡ ਆ ਜੀ ਘੁਮਿਆਰਾ। ਠੀਕ ਹੈ ਜੀ। ਅਤੇ ਉੱਦਾਂ ਤਾਂ ਇੱਥੇ ਜਿਸ ਪਿੰਡ ਆਪਣੇ ਪਿੰਡ ਦੇ ਵਿੱਚ ਸਭ ਨੂੰ ਜ਼ਿਆਦਾ ਤਾਂ 1890 ਜਾਂ 1899 ਕਾਫੀ ਬੀਜ ਲੱਗਦਾ ਰਿਹਾ ਆ। ਠੀਕ ਹੈ ਜੀ। ਪਰ ਭਾਜੀ ਦੇ ਇਸ ਵਾਰੀ ਕਹੇ 'ਤੇ ਅਸੀਂ ਸੀ ਪੀ 666 ਯੂਜ਼ ਕੀਤਾ। ਠੀਕ ਹੈ। ਅਤੇ ਸਾਨੂੰ ਬੜੇ ਪ੍ਰੋਮਿਸਿੰਗ ਰਿਜ਼ਲਟ ਜਿਹੜੇ ਸੀ ਪੀ 666 ਦੇ ਮਿਲੇ ਆ। ਅਸੀਂ ਜ਼ਰੂਰ ਅੱਗੇ ਪਹਿਲੇ ਜ਼ਰੂਰ ਦੇਖਦੇ ਸੀ ਛੱਲੀ ਕਿ 1890 ਦੀ 1899 ਦੀ ਬਹੁਤ ਵਧੀਆ ਅਤੇ ਭਰਮੀ ਛੱਲੀ ਬਣਦੀ ਸੀ, ਪਰ ਅੱਜ ਸੀ ਪੀ 666 ਦੀ ਜਿੰਨੀ ਛੱਲੀ ਭਾਰੀ ਆ ਅਤੇ ਜਿੰਨੀ ਵਧੀਆ ਇਹ ਬਣੀ ਹੋਈ ਆ ਜੀ, ਆਹ ਤੁਹਾਡੇ ਸਾਹਮਣੇ ਆ ਜੀ। ਦੇਖੋ, ਇੱਕ ਇਹਦਾ ਫਾਇਦਾ ਇਹ ਆ ਜੀ, ਇਹਦਾ ਕਲਰ ਇਸ ਵੇਲੇ ਭਾਵੇਂ ਤੁਸੀਂ 1890 ਲੈ ਲਓ ਜੀ, 99 ਲੈ ਲਓ, ਉਹ ਸਾਰਿਆਂ ਨਾਲ ਇਹਦਾ ਕਲਰ ਇਸ ਵੇਲੇ ਜ਼ਿਆਦਾ ਆ। ਜੇ ਤੁਸੀਂ ਇਹ ਵੀ ਦੇਖਿਓ ਕਿ ਉਹ ਛੱਲੀ ਪੀਲੇਪਨ ਵੱਲ ਨੂੰ ਜ਼ਿਆਦਾ ਆ, ਇਹ ਛੱਲੀ ਦੇਖੋ ਲਾਲੀ ਵੱਲ ਨੂੰ ਜ਼ਿਆਦਾ ਜੀ। ਬਾਕੀ ਜਿਵੇਂ ਤੁਸੀਂ ਦੇਖ ਸਕਦੇ ਹੋ, ਆਪਾਂ ਖੇਤ ਦੇ ਵਿੱਚ ਖੜੇ ਹਾਂ, ਸਾਰੇ ਛੱਲੀਆਂ ਕੁਛ ਆਪਾਂ ਖੋਲੀਆਂ ਨੇ, ਜਿਵੇਂ ਉੱਪਰ ਤੱਕ ਦਾਣੇ ਭਰੇ ਇਹਦੇ ਵਿੱਚ, ਵਧੀਆ ਮੋਟੀਆਂ ਛੱਲੀਆਂ ਨੇ ਸਾਰੀਆਂ ਨੇ ਸਾਰੀਆਂ। ਅਤੇ ਕੀ ਜ਼ਿਮੀਂਦਾਰ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਆਉਂਦੇ ਸਾਲਾਂ ਵਾਸਤੇ? ਦੇਖੋ, ਮੈਂ ਤਾਂ ਇਹ ਕਹਿੰਦਾ ਜਿਹੜੀ ਫਸਲ ਵਧੀਆ ਆ ਜ਼ਿਮੀਂਦਾਰਾਂ ਨੂੰ ਟਰਾਈ ਕਰਨੀ ਚਾਹੀਦੀ ਆ। ਮੈਂ ਆਪਣੇ ਬਿਹਾਫ 'ਤੇ ਕਹਿੰਦਾ ਆ ਕਿ ਮੈਨੂੰ ਇਹ ਸੀਡ ਬਹੁਤ ਪਸੰਦ ਆਇਆ ਜੀ। ਅਸੀਂ ਸੀ ਪੀ 666 ਯੂਜ਼ ਕੀਤਾ, ਜਦਕਿ ਅਸੀਂ ਪਹਿਲੇ ਲਾਉਂਦੇ ਸਾਰੀ ਆਹ 1890 1899 ਲਾਉਂਦੇ ਸੀਗੇ, ਆਪਾਂ ਸੈਟਿਸਫਾਈਡ ਹਾਂ ਇਸ ਸੀਡ ਤੋਂ। ਇਹ ਜ਼ਰੂਰ ਆ ਛੱਲੀ, ਦੇਖੋ ਦੇਖਣ ਨੂੰ ਬਹੁਤ ਮੋਟੀ ਆ, ਪਰ ਇਹਦੇ ਵਿੱਚ ਇਹ ਨਹੀਂ ਕਿ ਇਹਦਾ ਗੁੱਲ ਬਹੁਤ ਜ਼ਿਆਦਾ ਮੋਟਾ ਆ, ਗੁੱਲ ਇਹਦਾ ਪਤਲਾ ਹੀ ਆ। ਇਹਦਾ ਸੀਡ ਦਾ ਜਿਹੜਾ ਗ੍ਰੇਨ ਦਾ ਸਾਈਜ਼ ਆ, ਗ੍ਰੇਨ ਦਾ ਸਾਈਜ਼ ਬਹੁਤ ਵਧੀਆ ਆ।